ਨੂੰ ਅਸੀਂ ਰੋਕ ਨਹੀਂ ਸਕਦੇ ਤੇ ਸ਼ਾਇਦ ਗਵਰਨਮੈਂਟ ਨੇ ਸਾਡੀ ਸ਼ਾਂਤੀ ਨੂੰ ਇਹ ਸਮਝ ਲਿਆ ਕਿ ਇਹ ਕਾਇਲ ਹੈਗੇ ਹੈ ਨੇਤਾ ਪ੍ਰਤੀ ਕਹਿ ਛੱਡਦੇ ਸਟੇਜ ਤੋਂ ਕਰਦੇ ਤਾਂ ਕੁਝ ਹੈ ਨਹੀਂ ਸ਼ਾਇਦ ਗਵਰਨਮੈਂਟ ਕੁਝ ਨਾ ਕੁਝ ਕਰਵਾਉਣਾ ਚਾਹੁੰਦੀ ਹੋਵੇਗੀ ਇਹਨਾਂ ਦਾ ਜਿਹੜਾ ਕੋਈ ਫਲ ਨਤੀਜਾ ਭੁਗਤਣਾ ਪੈਣਾ ਹੈ ਉਹ ਸਾਰਿਆਂ ਨੂੰ ਭੁਗਤਣਾ ਪੈਣਾ ਜੋ ਇੱਥੋਂ ਦਾ ਵਸਨੀਕ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਸਿੱਖ ਹੋਵੇ ਚਾਹੇ ਮੁਸਲਮਾਨ ਅਤੇ ਕੋਈ ਈਸਾਈ ਹੋਵੇ ਕੋਈ ਬੱਚਿਆ ਉਹਦੇ ਸਾਰੇ ਸੁਰਖੇ ਜਾਣੇ ਹੈ ਮੈਂ ਆਪਣੇ ਵੱਲੋਂ ਸਮੁੱਚੇ ਤੌਰ 'ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਵਾਸੀਆਂ ਨੂੰ ਸਮੁੱਚੇ ਤੌਰ 'ਤੇ ਸਾਰੇ ਜਗਤ ਦੇ ਸਿੱਖਾਂ ਨੂੰ ਅਤੇ ਨੌਜਵਾਨਾਂ ਨੂੰ ਪੁਰ ਜ਼ੋਰ ਬੇਨਤੀ ਕਰਦਾ ਹਾਂ ਕਿ ਸਿੰਘੋ ਹੁਣ ਸੌਣ ਦਾ ਸਮਾਂ ਨਹੀਂ ਕੰਮ ਦੇ ਵਿੱਚ ਤੁਰਿਆ ਆਉਂਦੇ ਆ ਸ਼ਾਂਤੀ ਸਾਥ ਰਹਿੰਦੇ ਆ ਬੇਕਸੂਰਿਆਂ ਗੋਲੀਆਂ ਖਾ ਕੇ ਮਨ ਨਾਲ ਆਪਣਾ ਹੱਕ ਲੈ ਕੇ ਮਰ ਜਾਣਾ ਬੜਾ ਭਾਰੀ ਯੋਗ ਹੋਵੇਗਾ ਮੇਰੀ ਜ਼ਿੰਮੇਵਾਰੀ ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣੇ 'ਤੇ ਲੈਣੀ ਚਾਹੀਦੀ ਹੈ ਨਾ ਤਾਂ ਕਿਸੇ ਦਾ ਹੁਕਮ ਉਡੀਕੋ ਰਹਿਣਾ ਸ਼ਾਂਤ ਹੈ ਜੋ ਪੰਥ ਨੇ ਹੁਕਮ ਕੀਤਾ ਜੀ ਉਹਨਾਂ ਨਹੀਂ ਕਰਨੀ ਔਰ ਐਸਾ ਨਹੀਂ ਕਿ ਤੁਰੇ ਆਉਂਦੇ ਹਾਂ ਅਤੇ ਜਿੰਨੇ ਮਰਜ਼ੀ 10-15-20-100 ਨੂੰ ਇਹ ਇੱਕ ਇੱਕ ਬੰਦਾ ਗੋਲੀਆਂ ਮਾਰ ਕੇ ਅਤੇ ਘੁੰਮੀ ਜਾਵੇ ਹਾਂ ਜਦੋਂ ਜਾਣੇ ਹੋਣਾ ਮੋਰਚੇ ਦੇ ਵਿੱਚ ਜਿੱਥੇ ਸਿੰਘਾਂ ਨੇ ਜਾਣਾ ਸਟੇਜ ਤੋਂ ਹੁਕਮ ਹੋ ਗਿਆ ਸ਼ਾਂਤੀ ਰੱਖਣੀ ਹੈ ਜੋ ਮਰਜ਼ੀ ਸਾਡੇ ਨਾਲ ਸ਼ਬਦ ਕਰਨ ਨਾਲ ਆਪਾਂ ਸ਼ਾਂਤੀ ਜ਼ਰੂਰ ਰੱਖਣੀ ਹੈ ਪਰ ਇੱਕ ਬੰਦਾ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਆ ਰਿਹਾ ਅਤੇ ਉਹਦੇ ਗੋਲੀਆਂ ਵੱਜਣੀਆਂ ਸ਼ੁਰੂ ਹੋ ਜਾਣ ਉਹਨੂੰ ਤਾਂ ਪੰਥ ਨੇ ਨਹੀਂ ਕਿਹਾ ਕਿ ਤੂੰ ਸ਼ਾਂਤੀ ਰੱਖਣੀ ਹੈ ਉਹ ਰੰਗੋਵਾਜ ਨੇ ਕਿਹੜਾ ਸੀਗਾ ਭੇਜਿਆ ਤੂੰ ਦਰਬਾਰ ਸਾਹਿਬ ਨੂੰ ਸ਼ਾਂਤੀ ਰੱਖੀ ਸ਼ਾਂਤੀ ਤਾਂ ਇਹਨਾਂ ਨੂੰ ਕਿਹਾ ਅਤੇ ਤੁਸੀਂ ਕਹਿੰਦੇ ਜੀ ਲੌਂਗੋਵਾਲ ਕੋਲ ਰਾਮ ਕਰਨ ਭਿੰਡਰਾਂਵਾਲੇ ਰਾਮ ਕਰਨ ਤੁਸੀਂ ਵੀ ਆਪਣੇ ਮਨ 'ਚ ਸੋਚੋ ਕਿ ਅਸੀਂ ਸਿੱਖ ਹੈ ਸਿੱਖੀ ਨਾਲ ਪਿਆਰ ਕਰਨਾ ਸਤਿਗੁਰੂ ਗ੍ਰੰਥ ਸਾਹਿਬ 'ਤੇ ਪੂਰਨ ਨਿਸ਼ਚਾ ਰੱਖਣਾ ਆਪੋ ਆਪਣੇ ਥਾਵਾਂ 'ਤੇ ਪੂਰੇ ਤਿਆਰ ਪ੍ਰਚਾਰ ਰਹਿਣਾ ਤਿੰਨ ਮਹੀਨੇ ਤੋਂ ਉੱਪਰ ਹੋ ਗਿਆ ਸਮੇਂ ਨੂੰ ਨੇਤਾ ਪ੍ਰਤੀ ਬੇਨਤੀਆਂ ਕਰਦਾ ਆ ਰਿਹਾ ਹੈ ਕਿ ਸੁਣੋ ਸ਼ਾਂਤੀ ਵੀ ਰੱਖੋ ਪਰ ਜੇ ਮੁਹੱਲਾ ਵਿੱਚ ਰਹਿੰਦੇ ਹੋ ਤਾਂ ਕੱਚੀਆਂ ਕੋਠੀਆਂ 'ਚ ਰਹੋ ਕੱਚਿਆਂ 'ਚ ਰਹਿੰਦੇ ਅਤੇ ਕੁੱਲੀਆਂ 'ਚ ਰਹੋ ਕੁੱਲੀਆਂ 'ਚ ਰਹਿੰਦੇ ਅਤੇ ਰਲੇ ਪੱਧਰੇ ਨਾਲ ਆਟਾ ਕੱਟ ਲਵੋ ਰੋਟੀ ਦੇ ਸ਼ਾਕਾ ਸਫਾਈ ਕਰ ਦਿਓ ਪਰ ਹਥਿਆਰ ਤੋਂ ਬਿਨਾਂ ਖਾਲੀ ਨਾ ਰਹੋ ਜੇ ਹਥਿਆਰ ਕੋਲ ਹੋਣ ਅਤੇ ਜਦੋਂ ਤੁਰਿਆ ਉਹਨਾਂ ਨੇ ਕੋਈ ਗੋਲੀ ਮਾਰਨਾ ਘੱਟ ਤੋਂ ਘੱਟ ਆਪਣਾ ਹੱਕ ਤਾਂ ਲੈ ਲਓ ਜੇ ਹੋਰ ਕੁਝ ਨਹੀਂ ਹੋਵੇਗਾ ਅਤੇ ਜਦੋਂ ਘਰੋਂ ਤੁਰਦੇ ਆ ਸਿਨਮੇ 'ਚ ਭਾਵੇਂ 50 ਰੁਪਈਏ ਟਿਕਟ 'ਤੇ ਲੱਗ ਜਾਣ ਰਾਮ 'ਤੇ ਕਹਿੰਦੇ 5 ਨਹੀਂ ਲਾਣੇਗੇ ਕਾਰਤੂਸ 'ਤੇ ਅਤੇ ਫਿਰ ਗੋਲੀਆਂ ਵੱਜਣੀਆਂ ਹੋਊਗਾ ਕੀ 4 ਤਾਰੀਖ ਬਾਬਾ ਜੀ ਨੇ ਦਿੱਤੀ ਹੈ ਬੜੀ ਸ਼ਾਂਤੀ ਨਾਲ ਚੱਲਣਾ ਪੰਥ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੈ ਨਾਰੇ ਮੋਟੇ ਕਿਸੇ ਨੇ ਕਿਸੇ ਦੀ ਗੱਲ ਕਰਨ ਤੋਂ ਕ੍ਰੋਧ ਵਿੱਚ ਨਹੀਂ ਆਉਣਾ 4 ਤਾਰੀਖ ਨੂੰ ਬਾਬਾ ਜੀ ਨੇ ਕਿਹਾ ਕਿ ਭਾਈ ਅਸੀਂ ਫੈਸਲਾ ਕਰਨ ਸੋ ਉਸ ਦਿਨ ਆਰਾਮ ਸੰਗਤ ਦੇ ਸਾਹਮਣੇ ਕਰਾਂਗੇ ਪੂਰਾ ਪੂਰਾ ਐਸੇ ਮੋਰਚੇ ਨਹੀਂ ਲੱਗਦੇ ਉਸ ਦਿਨ ਪੰਥ ਵੱਲੋਂ ਡਿਕਟੇਟਰ ਨੂੰ ਫਿੱਟ ਹੁੰਦਾ ਹੈ ਜੋ ਸੰਤਾਂ ਦਾ ਝਾਂਸੀ ਜੀ ਲੌਂਗੋਵਾਲ ਆਪਾਂ ਨੂੰ ਕਹਿਣਗੇ ਉਹਦੇ 'ਤੇ ਸਾਰਿਆਂ ਨੇ ਅਸਰ ਕਰਨਾ ਅਤੇ ਜੇ ਉਹਦਾ ਸਾਹਮਣਾ ਆਵੇਗਾ ਉਹ ਸਮੇਂ ਅਨੁਸਾਰ ਚੱਲਣਾ ਹੈ ਜੋ ਇਹ ਤਸ਼ਾਦਤ ਸਿੰਘਾਂ 'ਤੇ ਹੋ ਰਹੇ ਹੈ ਇਹ ਵੀ ਖਿਆਲ ਕਰਨਾ ਕਿ ਇੱਕ 'ਤੇ ਹੋ ਰਿਹਾ ਇਹ ਸਮਝਣਾ ਕਿ ਸਾਡੀ ਸਾਰੀ ਕੌਮ 'ਤੇ ਹੋ ਰਿਹਾ ਸਿੱਖ ਵੱਖਰੀ ਕੌਮ ਕਹਿਣ ਤੋਂ ਮੈਨੂੰ ਬੜਾ ਭਾਰੀ ਦਰਦ ਹੈ ਪਰ ਜੇ ਹੁੰਦਾ ਤਾਂ ਇਹਨਾਂ ਦੀ ਮਰਜ਼ੀ ਪਤਾ ਲੱਗਿਆ ਕਿ ਉਹ ਸਿੰਘ ਵਿਚਾਰਾ ਤੜਫ ਰਿਹਾ ਅਤੇ ਇਲਾਜ ਵਾਲੇ ਕੁਝ ਤਾਂ ਹੁੰਦੇ ਹੀ ਵਿੱਚ ਹਮਦਰਦੀ ਪਰ ਕੁਝ ਗੌਰਮੈਂਟ ਦਾ ਕੋਈ ਲੋਕ ਪ੍ਰੈਸ਼ਰ ਮੰਗਣ ਵਾਲੇ ਹੁੰਦੇ ਹੈ ਅਤੇ ਹੁਣ ਸਾਥੀ ਲੋਕ ਅਰਦਾਸ ਕਰੀਏ ਜੋ ਬਚ ਜਾਵੇ ਅਤੇ ਪਤਾ ਕੋਈ ਨਹੀਂ ਗੌਰਮੈਂਟ ਕੋਈ ਟੀਕੇ ਟਾਕ ਨਾਲ ਹੀ ਉਹਦਾ ਕੰਮ ਕਰਵਾ ਦੇਵੇ ਪਰ ਉਹ ਸਿੰਘ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾਂਦੀ ਹੈ ਇੱਕ ਤਾਂ ਕੰਡ ਵਿੱਚ ਗੋਲੀ ਵੱਜੀ ਹੈ ਕੁਝ ਗੋਲੀਆਂ ਦੇ ਪੱਟਾਂ ਅਤੇ ਲੱਤਾਂ ਵਿੱਚ ਵੀ ਮੈਨੂੰ ਪਤਾ ਹੈ ਲੱਗਾ ਕਿ ਵੱਜੀਆਂ ਅਤੇ ਗੌਰਮੈਂਟ ਨੂੰ ਸ਼ੋਸ਼ੇ ਛੱਡਦੀ ਹੈ ਅਗਰ ਇਹ ਖੰਡਾ ਕੱਢਿਆ ਅਤੇ ਜਿਹੜੇ ਉਹ ਲਾਲ ਸਿੰਘ ਸੀ ਉਹ ਮਾਰੇ ਖੰਡਾ ਹੱਥ ਵਿੱਚ ਆ ਸਵੇਰ ਨਹੀਂ ਆਉਂਦੇ ਅਤੇ ਤੁਰਿਆ ਹੁੰਦਾ ਦਰਬਾਰ ਸਾਹਿਬ ਨੂੰ ਅਤੇ ਪਿੱਛੋਂ ਗੋਲੀਆਂ ਮਾਰ ਕੇ ਮਾਰ ਦਿੰਦਾ ਹੈ ਅਤੇ ਕੁਝ ਦਿਨ ਹੋਏ ਗੌਰਮੈਂਟ ਨੇ ਐਲਾਨ ਵੀ ਕੀਤਾ ਹੈ ਅੱਗੇ ਜੀ ਜਿਹੜਾ ਕਿਸੇ ਗੋਲੀ ਮਾਰ ਦਿਓ ਫਿਰ ਭਾਈ ਜਿਹੜਾ ਵੀ ਜਾ ਸਕਦਾ ਉਹਦੀ ਸਾਫ ਹਸਤਾਂ ਨਾਲ ਜਾਇਆ ਕਰੋ ਅਤੇ ਪਤਾ ਕੋਈ ਨਹੀਂ ਉਸਨੇ ਕਿਹੜੇ ਮਾਰਨੀ ਹੈ ਅਤੇ ਪੁੱਛਣ ਨਾ ਆਇਆ ਕਰੋ ਜੀ ਗੋਲੀ ਦਾ ਜਵਾਬ ਕਿਵੇਂ ਦੇਈਏ ਸਾਨੂੰ ਜਦੋਂ ਪੁੱਛਣਾ ਉਹਨਾਂ ਉਦੋਂ ਤੁਹਾਨੂੰ ਰੋਡ 'ਤੇ ਗੱਡੀ 'ਚ
ਆਪਣਾ ਸਮਾਂ ਆਉਂਦਾ ਕਰੋ, ਗੋਲੀ ਤੋਂ ਬਚਣਾ ਕਿਵੇਂ ਹੈ। ਵਾਹਿਗੁਰੂ ਜੀ ਕਾ ਖਾਲਸਾ।